जग दे रौनक मेले वेखो जग दे रौनक मेले कुछ खेडन आंदे कुछ खेड के जांदे भंगड़े खुशियां दे ओ पांदे ਸ਼ਾਂਤੀ ਦੋਸਤੋ ਮੈਂ ਸਤਨਾਮ ਕੌਰ ਇੱਕ ਵਾਰ ਫਿਰ ਲੈ ਕੇ ਆਈ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਜਿਹਦਾ ਨਾਂ ਹੈ ਖੁਸ਼ੀਆਂ ਖੇੜੇ ਸਾਡੇ ਵੇੜੇ ਅਸੀਂ ਗੱਲ ਕਰ ਰਹੇ ਹਾਂ ਖਾਣ ਪਾਣ ਦੇ ਉੱਪਰ ਅੱਜ ਕੱਲ੍ਹ ਕਿੰਨਾ ਜ਼ਿਆਦਾ ਫਾਸਟ ਫੂਡ ਵੱਧਦਾ ਜਾ ਰਿਹਾ ਉਹ ਸਾਰਿਆਂ ਨੂੰ ਪਤਾ ਹੈ ਔਰ ਇਹਦੇ ਕਾਰਨ ਸਾਡੀ ਜੋ ਸਿਹਤ ਹੈ ਉਹ ਬਿਲਕੁਲ ਖਰਾਬ ਹੁੰਦੀ ਜਾ ਰਹੀ ਹੈ ਔਰ ਬਿਮਾਰੀਆਂ ਨਾਲ ਘਿਰਦੀ ਜਾ ਰਹੀ ਹੈ ਸਾਡੇ ਨਾਲ ਅੱਜ ਇਹਦੇ ਉੱਪਰ ਚਰਚਾ ਕਰਨ ਲਈ ਨੇ ਐਮ ਪੀ ਅਗਨੀਹੋਤਰੀ ਜੀ ਜਿਨ੍ਹਾਂ ਨੇ ਪਿਛਲੀ ਕੜੀ 'ਚ ਸਾਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਇਹ ਦੱਸਿਆ ਕਿ ਤੁਹਾਡੀ ਸਵੇਰ ਦੀ ਜੋ ਡਾਇਟ ਹੈ ਔਰ ਦੁਪਹਿਰ ਦੀ ਜੋ ਲੰਚ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਅੱਜ ਅਸੀਂ ਚਰਚਾ ਕਰਾਂਗੇ ਔਰ ਜਾਣਾਂਗੇ ਕਿ ਸਾਡੀ ਡਾਇਟ 'ਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜੋ ਅਸੀਂ ਅਪਣਾ ਸਕਦੇ ਹਾਂ ਔਰ ਆਪਣੀ ਜ਼ਿੰਦਗੀ ਨੂੰ ਹੋਰ ਤੰਦਰੁਸਤ ਬਣਾ ਸਕਦੇ ਹਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ 'ਚ ਓਮ ਸ਼ਾਂਤੀ ਓਮ ਸ਼ਾਂਤੀ ਜਿੱਦਾਂ ਕਿ ਆਪਾਂ ਪਿਛਲੀ ਕੜੀ 'ਚ ਗੱਲਬਾਤ ਕੀਤੀ ਸੀ ਕਿ ਤੁਸੀਂ ਦੱਸਿਆ ਸੀ ਕਿ ਸਵੇਰ ਜੋ ਹੈ ਉਹ ਬਹੁਤ ਅੱਛੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਫਿਰ ਫਲ ਖਾਣਾ ਕਿੰਨਾ ਜ਼ਰੂਰੀ ਹੈ 11 ਵਜੇ ਇੱਕ ਜ਼ਰੂਰ ਫਲ ਖਾਣਾ ਚਾਹੀਦਾ ਹੈ ਡੇਲੀ ਔਰ ਉਸ ਤੋਂ ਬਾਅਦ ਫਿਰ ਤੁਸੀਂ ਦੱਸਿਆ ਕਿ ਜੋ ਦੁਪਹਿਰ ਦਾ ਖਾਣਾ ਹੈ ਲੰਚ ਉਹ ਵੀ ਸਾਡਾ ਬਹੁਤ ਅੱਛਾ ਹੋਣਾ ਚਾਹੀਦਾ ਉਹਦੇ 'ਚ ਫਾਈਬਰਸ ਔਰ ਦਾਲਾਂ ਵਗੈਰਾ ਪ੍ਰੋਟੀਨ ਵੀ ਹੋਣਾ ਚਾਹੀਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਜਿੱਦਾਂ ਕਿ ਜੋ ਟਾਈਮ ਲੰਚ ਔਰ ਡਿਨਰ ਦੇ ਵਿੱਚ ਦਾ ਟਾਈਮ ਹੁੰਦਾ ਹੈ ਸ਼ਾਮ ਦਾ ਸਮੇਂ ਜਿਹਨੂੰ ਆਪਾਂ ਕਹਿੰਦੇ ਹਾਂ ਔਰ ਚਾਹ ਦਾ ਸਮੇਂ ਵੀ ਹੁੰਦਾ ਹੈ ਉਹ ਕਿ ਆਪਣੇ ਸਰਦਾਰਾਂ 'ਚ ਵੈਸੇ ਵੀ ਚਾਹ ਬਹੁਤ ਪੀਤੀ ਜਾਂਦੀ ਹੈ ਪੰਜਾਬੀਆਂ 'ਚ ਅਤੇ ਉਹ ਜੋ ਸਮੇਂ ਹੁੰਦਾ ਜ਼ਿਆਦਾਤਰ ਉਸ ਸਮੇਂ ਦੇ ਵਿੱਚ ਭੁੱਖ ਬਹੁਤ ਲੱਗਦੀ ਹੈ ਔਰ ਉਸ ਚੱਕਰ 'ਚ ਹੀ ਆਪਾਂ ਫਾਸਟ ਫੂਡ ਜਾਂ ਬਾਹਰ ਦਾ ਖਾਣਾ ਜਾਂ ਇਹੋ ਜਿਹਾ ਖਾਣਾ ਹੈ ਉਹ ਜ਼ਿਆਦਾ ਖਾ ਲੈਂਦੇ ਹਾਂ ਅਤੇ ਉਸ ਸਮੇਂ 'ਚ ਕੀ ਖਾਣਾ ਚਾਹੀਦਾ ਉਸ ਸਮੇਂ ਦੇ ਵਿੱਚ ਇੱਕ ਜਿਵੇਂ ਤੁਹਾਨੂੰ ਦੱਸਿਆ ਕਿ ਲੰਚ ਤੋਂ ਬਾਅਦ ਵੀ ਆਪਾਂ ਲੰਚ ਤੋਂ 3 ਘੰਟੇ ਬਾਅਦ ਫਰੂਟ ਜ਼ਰੂਰ ਲੈ ਲੈਣਾ ਚਾਹੀਦਾ ਅਤੇ ਜੇਕਰ ਫਿਰ ਵੀ ਫਰੂਟ ਲੈਣ ਤੋਂ ਬਾਅਦ ਵੀ ਤੁਹਾਨੂੰ ਥੋੜ੍ਹੀ ਭੁੱਖ ਰਹਿੰਦੀ ਹੈ ਅਤੇ ਆਪਾਂ ਨੂੰ ਕੁਛ ਐਸਾ ਲਾਈਟ ਲੈਣਾ ਚਾਹੀਦਾ ਜਿਹੜਾ ਕਿ ਤੁਹਾਡਾ ਤਲਿਆ ਹੋਇਆ ਨਾ ਹੋਵੇ ਲਾਈਟ ਰੋਸਟਡ ਚੀਜ਼ਾਂ ਤੁਸੀਂ ਲੈ ਸਕਦੇ ਹੋ ਲਾਈਟ ਜਿਵੇਂ ਕੀਤੀਆਂ ਹੋਈਆਂ ਅਤੇ ਉਹ ਜਿੰਨਾ ਫਰੂਟ ਲਓਗੇ ਉਨਾ ਤੁਹਾਡਾ ਐਚ ਡੀ ਐਲ ਵਧੇਗਾ ਵੱਡੀ ਉਮਰ ਦੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਟੀ ਕੌਫੀ ਨੂੰ ਘੱਟ ਕਰਕੇ ਚਾਹ ਕੌਫੀ ਨੂੰ ਘੱਟ ਕਰਕੇ ਅਤੇ ਫਰੂਟ ਜ਼ਰੂਰ ਲੈਣ ਅਤੇ ਅਗਰ ਜ਼ਿਆਦਾ ਭੁੱਖ ਹੋਰ ਰਹਿੰਦੀ ਹੈ ਅਤੇ ਉਹਦੇ ਲਈ ਤੁਹਾਨੂੰ ਦੱਸਿਆ ਕਿ ਇਹ ਰੋਸਟਡ ਚੀਜ਼ਾਂ ਖਾਣ ਅਤੇ ਰਾਤ ਦਾ ਖਾਣਾ ਜਿਹੜਾ ਜਿਵੇਂ ਦੱਸਿਆ ਸਵੇਰ ਦਾ ਖਾਣਾ ਇੱਕ ਰਾਜਾ ਦੀ ਤਰ੍ਹਾਂ ਹੋਣਾ ਚਾਹੀਦਾ ਦੁਪਹਿਰ ਦਾ ਖਾਣਾ ਨੋਰਮਲ ਹੋਣਾ ਚਾਹੀਦਾ ਔਰ ਰਾਤ ਦਾ ਖਾਣਾ ਬਿਲਕੁਲ ਲਾਈਕ ਪ੍ਰੋਪਰ ਹੋਣਾ ਚਾਹੀਦਾ ਰਾਤ ਦੇ ਖਾਣੇ ਦੇ ਵਿੱਚ ਇੱਕ ਸਪੈਸ਼ਲ ਜਿਹੜੀ ਸਾਡੇ ਪੰਜਾਬ ਦੇ ਵਿੱਚ ਮੈਂ ਨੋਟ ਕੀਤਾ ਮੈਂ ਇੱਕ ਕੋਟਕਪੂਰਾ ਗਿਆ ਸੀ ਉੱਥੇ ਇੱਕ ਹੀਰੋ ਹਾਰਟ ਵਾਲਿਆਂ ਦਾ ਕੈਂਪ ਲੱਗਿਆ ਸੀ ਤੇ ਉੱਥੇ ਚੈੱਕਅਪ ਚੱਲ ਰਿਹਾ ਸੀ ਬਲੱਡ ਚੈੱਕ ਸਾਰਿਆਂ ਦਾ ਹੋ ਰਿਹਾ ਸੀ ਅਤੇ ਔਰ ਸਾਰਿਆਂ ਨੂੰ ਮੈਂ ਦੇਖਿਆ ਜਿਹਨਾਂ ਦੀ ਸਲਿੱਪ ਦੇਖੀ ਬਹੁਤ ਲੋਕ ਦੱਸ ਰਹੇ ਸੀ ਉਹਨਾਂ ਨੂੰ ਅਲਸਰਸ ਦੀ ਪ੍ਰੋਬਲਮ ਬਹੁਤ ਸੀ ਗਠੀਏ ਦੀ ਪ੍ਰੋਬਲਮ ਬਹੁਤ ਸੀ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਤੁਸੀਂ ਰਾਤ ਨੂੰ ਕੀ ਖਾਂਦੇ ਹੋ ਦਾਲ ਖਾਂਦੇ ਹੋ ਕਹਿੰਦੇ ਹਾਂਜੀ ਸਾਡੇ ਪੰਜਾਬ 'ਚ ਤਾਂ ਸਾਰੇ ਬਣਦੀ ਰਾਤ ਨੂੰ ਦਾਲ ਹੈ ਔਰ ਰਾਤ ਨੂੰ ਦਾਲ ਬਹੁਤ ਨੁਕਸਾਨ ਕਰਦੀ ਹੈ ਪ੍ਰੋਟੀਨ ਰਾਤ ਨੂੰ ਇੱਕ ਤੇ ਰਾਤ ਨੂੰ ਆਕਸੀਜਨ ਘੱਟ ਹੁੰਦੀ ਹੈ ਉਹ ਰਾਤ ਨੂੰ ਸਾਨੂੰ ਡਾਈਜੈਸਟ ਨਹੀਂ ਹੁੰਦੇ ਪ੍ਰੋਟੀਨ ਰਾਤ ਨੂੰ ਤੇ ਉਹਦੇ ਨਾਲ ਕੀ ਹੁੰਦਾ ਸਾਡੇ ਅੰਦਰ ਐਸਿਡਿਟੀ ਪ੍ਰੋਡਿਊਸ ਹੋ ਜਾਂਦੀ ਹੈ ਉਹ ਸਾਡੇ ਅੰਦਰ ਬਹੁਤ ਜ਼ਿਆਦਾ ਐਸਿਡ ਪ੍ਰੋਡਿਊਸ ਕਰ ਦਿੰਦੀ ਹੈ ਉਹ ਐਸਿਡਿਟੀ ਸਾਡੇ ਅੰਦਰ ਫਿਰ ਸਾਰੇ ਰੋਗ ਪੈਦਾ ਕਰਦੀ ਹੈ ਇਸ ਕਰਕੇ ਰਾਤ ਨੂੰ ਕਦੇ ਵੀ ਦਾਲ ਰਾਜਮਾਂਹ ਔਰ ਚਨਾ ਵਗੈਰਾ ਇਹ ਨਹੀਂ ਖਾਣਾ ਚਾਹੀਦਾ ਰਾਤ ਨੂੰ ਪ੍ਰੋਟੀਨ ਨਹੀਂ ਖਾਣਾ ਹੈ ਰਾਤ ਨੂੰ ਵਾਏਬਾਦੀ ਵਾਲੀ ਕੋਈ ਵੀ ਸਬਜ਼ੀ ਵੀ ਨਹੀਂ ਖਾਣੀ ਚਾਹੀਦੀ ਜਿਵੇਂ ਅਰਬੀ ਹੋਈ ਕੜੀ ਹੋਈ ਭਿੰਡੀ ਹੋਈ ਚਾਵਲ ਹੋਏ ਇਹ ਚੀਜ਼ਾਂ ਰਾਤ ਨੂੰ ਕੱਢ ਨਹੀਂ ਖਾਣੀ ਚਾਹੀਦੀਆਂ ਘੱਟ ਖਾਣੀਆਂ ਚਾਹੀਦੀਆਂ ਰਾਤ ਨੂੰ ਸਬਜ਼ੀ ਲਾਈਟ ਸਬਜ਼ੀਆਂ ਖਾਓ ਕੋਈ ਵੀ ਸਬਜ਼ੀ ਖਾਓ ਰੋਟੀ ਖਾਓ
ਔਰ ਰਾਤ ਨੂੰ ਆਪਾਂ ਘੱਟ ਤੋਂ ਘੱਟ ਰੋਟੀ ਖਾਣੀ ਚਾਹੀਦੀ ਹੈ ਜਿੰਨੀ ਹਲਕੀ ਹੋ ਸਕੇ। ਖਾਣ ਤੋਂ ਪਹਿਲਾਂ ਅਗਰ ਆਪਾਂ ਇੱਕ ਗਲਾਸ ਪਾਣੀ ਦੇ ਨਾਲ ਦੋ ਚਮਚ ਇਸਬਗੋਲ ਲੈ ਲਾਂਗੇ ਤੇ ਉਹ ਸਾਡੇ ਲਈ ਬਹੁਤ ਫਾਇਦੇਮੰਦ ਰਹੇਗਾ। ਇੱਕ ਤਾਂ ਸਾਡੀ ਭੁੱਖ ਘੱਟ ਜਾਏਗੀ, ਦੂਸਰਾ ਉਹ ਸਾਡੇ ਬੈਨੀਫਿਟ ਬਹੁਤ ਹੋਏਗਾ, ਸਾਡਾ ਪੇਟ ਬਹੁਤ ਠੀਕ ਰਹੇਗਾ, ਡਾਈਜੈਸਟਿਵ ਸਿਸਟਮ ਬਹੁਤ ਪ੍ਰੋਪਰ ਰਹੇਗਾ। ਕਿਉਂਕਿ ਰਾਤ ਨੂੰ ਜਦੋਂ ਅਸੀਂ ਬਹੁਤ ਹੈਵੀ ਖਾਣਾ ਖਾ ਲੈਂਦੇ ਹਾਂ, ਇੱਕ ਤਾਂ ਰਾਤ ਨੂੰ ਡਾਈਜੈਸਟ ਨਹੀਂ ਹੁੰਦਾ, ਇੱਕ ਲੇਟ ਖਾਂਦੇ ਹਾਂ, ਤੁਹਾਨੂੰ ਦੱਸਿਆ ਜਿਵੇਂ ਰਾਤ ਨੂੰ ਆਕਸੀਜਨ ਬਹੁਤ ਘੱਟ ਹੁੰਦੀ ਹੈ, ਲੇਟ ਖਾਣ ਦੇ ਨਾਲ ਹੋਰ ਸਾਡੀ ਪ੍ਰੋਬਲਮ ਵੱਧ ਜਾਂਦੀ ਹੈ ਤੇ ਦਾਲਾਂ ਦੀ ਹੋਰ ਸਮੱਸਿਆ ਜ਼ਿਆਦਾ ਵੱਧ ਜਾਂਦੀ ਹੈ। ਤੇ ਆਪਾਂ ਦੁੱਧ ਪੀ ਸਕਦੇ ਹਾਂ, ਜੇ ਸ਼ੂਗਰ ਨਹੀਂ ਹੈ ਤਾਂ ਅਸੀਂ ਦੋ ਖਜੂਰ ਖਾ ਸਕਦੇ ਹਾਂ। ਜਿਵੇਂ ਅਸੀਂ ਖਾਣਾ ਖਾਣ ਤੋਂ ਬਾਅਦ ਸਾਨੂੰ ਆਦਤ ਹੈ ਮਿੱਠਾ ਜ਼ਰੂਰ ਖਾਣਾ, ਜਾਂ ਗੁੜ ਦੀ ਭੇਲੀ ਖਾ ਜਾਣੀ, ਜਾਂ ਤੁਸੀਂ ਕੋਈ ਆਈਸਕ੍ਰੀਮ ਬਹੁਤ ਖਾਂਦੇ ਲੋਕੀ, ਆਦਤ ਬਣਾਈ ਹੋਈ ਹੈ ਕਿ ਆਈਸਕ੍ਰੀਮ ਖਾਣੀ ਹੀ ਖਾਣੀ ਹੈ। ਡੈਜ਼ਰਟ ਡੈਜ਼ਰਟ ਬਹੁਤ ਨੁਕਸਾਨ ਕਰਦੇ ਨੇ, ਤੁਹਾਨੂੰ ਪਤਾ ਹੀ ਹੈ ਡੈਜ਼ਰਟ ਦੇ ਵਿੱਚ ਬਹੁਤ ਸਾਰੀਆਂ ਪ੍ਰਿਜ਼ਰਵੇਟਿਵ ਜਿਹੜੇ ਪਾਉਂਦੇ ਨੇ ਉਹ ਬਹੁਤ ਚੀਜ਼ਾਂ ਨੁਕਸਾਨ ਕਰਦੀਆਂ। ਇੱਕ ਉਹਨੂੰ ਜਿਹੜੇ ਬਲੈਂਡ ਕਰਨ ਵਾਲੀ ਆਈਸਕ੍ਰੀਮ ਨੂੰ ਚੀਜ਼ ਪਾਉਂਦੇ ਨੇ ਉਹ ਬਹੁਤ ਹੀ ਖਰਾਬ ਚੀਜ਼ ਹੁੰਦੀ ਹੈ, ਉਹ ਬਹੁਤ ਸਰੀਰ ਦਾ ਨੁਕਸਾਨ ਕਰਦੀ ਹੈ। ਤੇ ਇਸ ਕਰਕੇ ਰਾਤ ਨੂੰ ਜਲਦੀ ਖਾਣਾ ਚਾਹੀਦਾ, ਸਲੋ ਖਾਣਾ ਚਾਹੀਦਾ, ਜਿੰਨਾ ਚਬਾ ਚਬਾ ਕੇ ਖਾਓਗੇ ਉਨਾ ਹੀ ਜਲਦੀ ਡਾਈਜੈਸਟ ਹੋ ਜਾਏਗਾ। ਕਿਵੇਂ ਖਾਣਾ ਚਾਹੀਦਾ ਇਹ ਵੀ ਮੈਨੂੰ ਲੱਗਦਾ ਬਹੁਤ ਹੀ ਬਹੁਤ ਜ਼ਰੂਰੀ ਹੈ ਔਰ ਅਹਿਮ ਗੱਲ ਹੈ ਕਿ ਖਾਣਾ ਸਲੋ ਖਾਣਾ ਚਾਹੀਦਾ, ਪਰਮਾਤਮਾ ਦੀ ਯਾਦ ਦੇ ਵਿੱਚ ਖਾਣਾ ਚਾਹੀਦਾ, ਟੀਵੀ ਦੇਖਦੇ ਹੋਏ ਨਹੀਂ ਖਾਣਾ ਚਾਹੀਦਾ, ਗੱਲਾਂ ਕਰਦੇ ਹੋਏ ਨਹੀਂ ਖਾਣਾ ਚਾਹੀਦਾ, ਔਰ ਉਹਨੂੰ ਬੜਾ ਪਰਮਾਤਮਾ ਦੀ ਯਾਦ ਦੇ ਵਿੱਚ ਹੌਲੀ ਹੌਲੀ ਖਾਣਾ ਚਾਹੀਦਾ। ਡਾਕਟਰ ਸਾਹਿਬ ਸਮਝਾਉਂਦੇ ਨੇ ਕਿ ਤੁਸੀਂ ਖਾਣੇ ਨੂੰ ਪੀਓ ਤੇ ਪਾਣੀ ਨੂੰ ਖਾਓ। ਅੱਛਾ, ਪਾਣੀ ਨੂੰ ਇਸ ਤਰ੍ਹਾਂ ਪੀਣਾ ਚਾਹੀਦਾ ਸਿਪ ਸਿਪ ਕਰਕੇ, ਇੱਕਦਮ ਪਾਣੀ ਨੂੰ ਗੱਟ ਗੱਟ ਕਰਕੇ ਨਹੀਂ ਸੁੱਟਣਾ ਚਾਹੀਦਾ ਕਿ ਸਾਡਾ ਜਿਹੜਾ ਅਗਨਾਸ਼ਯ ਹੁੰਦਾ ਉਹ ਗਰਮ ਹੁੰਦਾ ਉਸ ਵੇਲੇ ਖਾਣੇ ਨੂੰ ਪਚਾਉਣ ਵਾਸਤੇ। ਜਦੋਂ ਅਸੀਂ ਪਾਣੀ ਸੁੱਟਦੇ ਹਾਂ ਉਹ ਇੱਕਦਮ ਤੁਸੀਂ ਤਵੇ ਦੇ ਉੱਤੇ ਪਾਣੀ ਪਾਓ ਤੇ ਕਿਵੇਂ ਹੁੰਦਾ? ਉਹੀ ਹਾਲ ਸਾਡੇ ਅੰਦਰ ਹੁੰਦਾ। ਆਪਾਂ ਤਾਂ ਇੱਦਾਂ ਬਸ ਇੱਕੋ ਡੀਕ 'ਚ ਪੂਰਾ ਅੰਦਰ ਚਲਾ ਜਾਂਦਾ। ਉਹ ਨਹੀਂ ਕਦੇ ਵੀ ਪੀਣਾ, ਪਾਣੀ ਨੂੰ ਸਿਪ ਕਰਕੇ ਪਾਣੀ ਨੂੰ ਖਾਣਾ ਚਾਹੀਦਾ, ਜਿਵੇਂ ਮੈਂ ਕਿਹਾ ਸਲਾਈਵੇ ਦੇ ਨਾਲ ਅੰਦਰ ਜਾਏ। ਹਾਂਜੀ ਹਾਂਜੀ, ਤੇ ਇਸ ਕਰਕੇ ਖਾਣੇ ਨੂੰ ਇੰਨਾ ਚਬਾ ਚਬਾ ਕੇ ਬਰੀਕ ਕਰ ਦਿਓ ਕਿ ਉਹ ਪਾਣੀ ਤਰਲ ਬਣ ਜਾਏ ਫਿਰ ਅੰਦਰ ਜਾਏ, ਕਿਉਂਕਿ ਸਾਡੇ ਦੰਦ ਤਾਂ ਮੂੰਹ ਦੇ ਵਿੱਚ ਹੀ ਨੇ। ਹਾਂਜੀ, ਪੇਟ ਦੇ ਵਿੱਚ ਕੋਈ ਦੰਦ ਨਹੀਂ ਲੱਗੇ ਜਿਹੜਾ ਅਸੀਂ ਫਟਾਫਟ ਸਵੈਲੋ ਕਰ ਜਾਂਦੇ ਹਾਂ, ਅੰਦਰ ਸੁੱਟ ਲੈਂਦੇ ਹਾਂ। ਮੈਨੂੰ ਲੱਗਦਾ ਇਹਦਾ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਜਦੋਂ ਅਸੀਂ ਖਾਂਦੇ ਹਾਂ ਤੇ ਸਾਡਾ ਧਿਆਨ ਖਾਣ ਵੱਲ ਨਹੀਂ ਹੁੰਦਾ, ਸਾਡਾ ਧਿਆਨ ਜੋ ਹੁੰਦਾ ਹੈ ਗੱਲਾਂ ਬਾਤਾਂ 'ਚ ਹੁੰਦਾ ਹੈ ਜਾਂ ਟੀਵੀ ਦੇਖਣ 'ਚ ਹੁੰਦਾ ਹੈ। ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਨਹੀਂ ਚਬਾ ਕੇ ਖਾ ਪਾਉਂਦੇ। ਇਹ ਬਹੁਤ ਵੱਡੀਆਂ ਗੱਲਾਂ ਨੇ, ਇੱਕ ਮੋਬਾਈਲ ਤੇ ਗੱਲਾਂ ਵੀ ਕਰ ਰਹੇ ਹਾਂ, ਖਾਣਾ ਵੀ ਖਾ ਰਹੇ ਹਾਂ, ਉਧਰੋਂ ਇਨਫੋਰਮੇਸ਼ਨ ਵੀ ਸਾਨੂੰ ਗਲਤ ਆ ਰਹੀ ਹੈ, ਇਹ ਹੋ ਗਿਆ ਉਹ ਹੋ ਗਿਆ ਅੱਛਾ, ਔਰ ਟੈਨਸ਼ਨ ਦੇ ਵਿੱਚ ਖਾ ਰਹੇ ਹਾਂ। ਉਹ ਟੈਨਸ਼ਨ ਦੇ ਵਿੱਚ ਖਾਧਾ ਹੋਇਆ ਖਾਣਾ ਪਚਦਾ ਨਹੀਂ, ਤੇ ਗੁੱਸੇ ਦੇ ਵਿੱਚ ਖਾਣਾ ਖਾਧਾ ਹੋਇਆ ਪਚਦਾ ਨਹੀਂ। ਖਾਣਾ ਪਿਆਰ ਨਾਲ ਬਣਾਉਣਾ ਚਾਹੀਦਾ, ਬਣਾਉਣ ਵਾਲੇ ਨੂੰ ਵੀ, ਖਾਣ ਵਾਲੇ ਨੂੰ ਵੀ ਪਿਆਰ ਨਾਲ ਖਾਣਾ ਚਾਹੀਦਾ। ਤੇ ਅੰਨ ਦਾ ਮਨ ਤੇ ਬਹੁਤ ਅਸਰ ਹੁੰਦਾ, ਮਨ ਦਾ ਅੰਨ ਤੇ ਬਹੁਤ ਅਸਰ ਹੁੰਦਾ। ਹਾਂਜੀ, ਜਿਸ ਤਰ੍ਹਾਂ ਇੱਕ ਸੇਠ ਜੀ ਬਹੁਤ ਪਰੇਸ਼ਾਨ ਹੋ ਗਏ, ਬਹੁਤ ਪਰੇਸ਼ਾਨ ਰਹਿ ਰਹੇ ਸੀ। ਉਹਨਾਂ ਨੂੰ ਪੁੱਛਿਆ ਗਿਆ ਕੀ ਗੱਲ ਹੋ ਗਈ, ਤੁਸੀਂ ਇੰਨਾ ਪਰੇਸ਼ਾਨ ਕਿਉਂ ਰਹਿ ਰਹੇ ਹੋ? ਉਹ ਸੇਠ ਜੀ ਕਹਿਣ ਲੱਗੇ ਕਿ ਮੈਨੂੰ ਰਾਤ ਨੂੰ ਸੁਪਨੇ ਆ ਰਹੇ ਆ ਕਿ ਬਹੁਤ ਵੱਡਾ ਮਹਿਲ ਸੀ ਉਹਦਾ ਆਪਣਾ ਰਹਿਣ ਦਾ, ਬਹੁਤ ਵੱਡਾ ਮਕਾਨ ਸੀ, ਤੇ ਉਹ ਕਹਿੰਦਾ ਮੈਨੂੰ ਰਾਤ ਨੂੰ ਸੁਪਨਾ ਆ ਰਿਹਾ ਕਿ ਬੜੀਆਂ ਤੰਗ ਪੀੜੀਆਂ ਗਲੀਆਂ ਦੇ ਵਿੱਚ ਮੈਂ ਕਮਰਾ ਲੱਭਦਿਆਂ ਫਿਰ ਰਿਹਾ ਕਿਰਾਏ ਤੇ, ਤੇ ਮੈਨੂੰ ਸਮਝ ਨਹੀਂ ਆ ਰਹੀ, ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਪੈਸਾ ਬਹੁਤ, ਸਭ ਕੁਛ ਬਹੁਤ ਹੈ, ਇਹ ਮੈਨੂੰ ਲਗਾਤਾਰ ਇੱਕ ਹਫ਼ਤੇ ਤੋਂ ਪਰੇਸ਼ਾਨ ਕਰ ਰਿਹਾ ਸੁਪਨਾ, ਬਹੁਤ ਪਰੇਸ਼ਾਨ ਸੀ। ਕਈ ਦਿਨ ਇਸ ਤਰ੍ਹਾਂ ਪਰੇਸ਼ਾਨ ਚੱਲਦਾ ਰਿਹਾ, ਉਹਨੂੰ ਰੀਜ਼ਨ ਨਹੀਂ ਮਿਲਿਆ ਕੀ ਗੱਲ ਹੈ। ਕਈਆਂ ਨੂੰ ਪੁੱਛਿਆ ਤੇ ਫਿਰ ਉਹਦੀ ਇੱਕ ਸਰਵੈਂਟ ਆਉਂਦੀ ਹੈ ਜਿਹੜੀ ਉਹਦਾ ਖਾਣਾ ਬਣਾ ਰਹੀ ਸੀ, ਉਹਨੂੰ ਕਹਿਣ ਲੱਗੀ ਸੇਠ ਜੀ ਮੈਨੂੰ 25,000 ਰੁਪਏ ਚਾਹੀਦਾ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਜੀ ਮੇਰਾ ਅੱਜ ਲਾਸਟ ਡੇ ਹੈ, ਮੈਨੂੰ ਮਕਾਨ ਮਾਲਕ ਨੇ ਨੋਟਿਸ ਦਿੱਤਾ ਹੋਇਆ, 1 ਮਹੀਨਾ ਹੋ ਗਿਆ ਮੈਨੂੰ ਮਕਾਨ ਲੱਭਦਿਆਂ, ਮੈਨੂੰ ਮਕਾਨ ਨਹੀਂ ਮਿਲ ਰਿਹਾ, ਮੈਂ ਸਾਰੀਆਂ ਗਲੀਆਂ 'ਚ ਧੱਕੇ ਖਾ ਲਏ, ਅੱਜ ਮੈਨੂੰ ਇੱਕ ਮਕਾਨ ਮਿਲਿਆ, ਉਹਨੇ ਮੇਰੇ ਕੋਲ 25,000 ਰੁਪਏ ਮੰਗਿਆ, ਇੱਕ ਕਮਰਾ ਮੈਨੂੰ ਮਿਲ ਰਿਹਾ ਅਤੇ ਮੈਂ ਉਹ ਖਰੀਦਣਾ ਚਾਹੁੰਦੀ ਹਾਂ। ਅਤੇ ਉਹ ਫਿਰ ਸਮਝ ਗਿਆ ਕਿ ਮੇਰੀ ਸਾਰੀ ਜਿਹੜਾ ਖਾਣਾ ਬਣਾਉਣ ਵਾਲੀ ਦੇ ਮਨ ਦੇ ਵਿੱਚ ਤਾਂ ਉਹ ਪਰੇਸ਼ਾਨੀ ਚੱਲ ਰਹੀ ਸੀ, ਮਕਾਨ ਮਾਲਕ ਉਹ ਪਰੇਸ਼ਾਨੀ 'ਚ ਖਾਣਾ ਬਣਾਉਂਦੀ ਸੀ, ਉਹ ਪਰੇਸ਼ਾਨੀ ਦੇ ਸੁਪਨੇ ਸਾਰੇ ਉਸ ਖਾਣੇ ਦੇ ਵਿੱਚ ਉਸ ਸੇਠ ਨੂੰ ਟ੍ਰਾਂਸਫਰ ਹੋ ਰਹੇ ਸੀ। ਸੋ ਇਸ ਕਰਕੇ ਅੰਨ ਦਾ ਮਨ 'ਤੇ ਬਹੁਤ ਅਸਰ ਹੁੰਦਾ, ਤੁਸੀਂ ਕਿਸ ਬਣਾਉਣ ਵਾਲਾ ਕਿਸ ਸਟੇਜ ਦੇ ਵਿੱਚ ਬਣਾ ਰਿਹਾ। ਅਗਰ ਕੋਈ ਮੈਡਮ ਘਰ ਦੇ ਵਿੱਚ ਗੁੱਸੇ 'ਚ ਖਾਣਾ ਬਣਾ ਰਹੀ ਹੈ ਤੇ ਉਹ ਖਾਣਾ ਜਿਹੜਾ ਘਰ ਵਾਲਿਆਂ ਲਈ ਜ਼ਹਿਰ ਬਣ ਜਾਂਦਾ, ਅਗਰ ਉਹੀ ਖਾਣਾ ਪਿਆਰ ਨਾਲ ਬਣਾਉਂਦੀ ਹੈ, ਉਹ ਬੰਦਾ ਪਿਆਰ ਨਾਲ ਖਾ ਰਿਹਾ, ਤੁਸੀਂ ਥੋੜੀ ਰੋਟੀ ਵੱਧ ਵੀ ਖਾ ਜਾਓਗੇ, ਤੁਹਾਨੂੰ ਡਾਈਜੈਸਟ ਹੋ ਜਾਏਗੀ, ਪਚ ਜਾਏਗੀ। ਬਹੁਤ ਵਾਰ ਇਹੋ ਕਾਰਨ ਹੈ ਕਿ ਬਹੁਤ ਵਾਰ ਬਹੁਤ ਜ਼ਿਆਦਾ ਖਾ ਲਓ ਤਾਂ ਸਿਦਕ ਜਿਹਾ ਨਹੀਂ ਆਉਂਦਾ ਹੈ, ਔਰ ਥੋੜਾ ਜਿਹਾ ਵੀ 2 ਰੋਟੀਆਂ ਵੀ ਖਾ ਲਓ ਤਾਂ ਲੱਗਦਾ ਹੈ ਕਿ ਹਾਂ ਪਿਆਰ ਨਾਲ ਖਾਧੀ ਹੋਈ, ਪਿਆਰ ਨਾਲ ਖਾਧਾ ਹੋਇਆ ਖਾਣਾ, ਪਿਆਰ ਨਾਲ ਬਣਾਇਆ ਹੋਇਆ, ਅੱਛੀ ਭਾਵਨਾ ਦੇ ਨਾਲ ਬਣਾਇਆ ਹੋਇਆ ਖਾਣਾ ਤੁਹਾਨੂੰ ਬਹੁਤ ਅੱਛਾ ਡਾਈਜੈਸਟ ਹੋ ਜਾਂਦਾ, ਔਰ ਤੁਹਾਡੀ ਹੈਲਥ ਲਈ ਵੀ ਬਹੁਤ ਅੱਛਾ ਰਹਿੰਦਾ। ਟੈਨਸ਼ਨ ਵਾਲਾ ਖਾਣਾ ਤੁਹਾਡੇ ਅੰਦਰ ਜ਼ਹਿਰ ਦਾ ਕੰਮ ਕਰਦਾ, ਪੋਇਜ਼ਨ ਦਾ ਕੰਮ ਕਰਦਾ, ਇਸ ਕਰਕੇ ਬਹੁਤ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਬਹੁਤ ਜ਼ਰੂਰੀ ਚੀਜ਼ਾਂ ਹੈ ਕਿ ਸਾਨੂੰ ਜਿਵੇਂ ਅਸੀਂ
ਆਟਾ ਵੀ ਤਿਆਰ ਕਰਦੇ ਹਾਂ ਉਹਦੇ ਵਿੱਚ ਵੀ ਅਸੀਂ ਕਿਵੇਂ ਤਿਆਰ ਕਰਨਾ ਆਇਲ ਕਿੰਨਾ ਸਾਨੂੰ ਖਾਣਾ ਚਾਹੀਦਾ ਉਹ ਵੀ ਧਿਆਨ ਰੱਖਣਾ ਚਾਹੀਦਾ ਬਹੁਤ ਜ਼ਿਆਦਾ ਆਇਲ ਵੀ ਜ਼ਿਆਦਾ ਯੂਜ਼ ਨਹੀਂ ਕਰਨਾ ਚਾਹੀਦਾ ਔਰ ਆਇਲ ਇੱਕੋ ਹੀ ਵਰਾਇਟੀ ਨਹੀਂ ਸਾਰੀ ਉਮਰ ਖਾਂਦੇ ਰਹਿਣਾ ਚਾਹੀਦਾ ਆਇਲ ਹਰ ਮਹੀਨੇ ਚੇਂਜ ਕਰ ਦੇਣਾ ਚਾਹੀਦਾ ਚੇਂਜ ਕਰਦੇ ਰਹਿਣਾ ਚਾਹੀਦਾ ਕੰਪਨੀ ਤੁਸੀਂ ਕਹਿ ਰਹੇ ਹੋ ਕਿ ਆਇਲ ਆਇਲ ਕੰਪਨੀ ਮਤਲਬ ਜਿਹੜੀ ਇੱਕ ਤੁਸੀਂ ਅਗਰ ਸੂਰਜ ਬ੍ਰਾਂਡ ਲੈ ਰਹੇ ਹੋ ਰਾਈਸ ਬ੍ਰਾਂਡ ਲੈ ਲਓ ਫਿਰ ਓਲਿਵ ਆਇਲ ਲੈ ਲਓ ਇਸ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦਾ ਤੇਲ ਨੇ ਔਰ ਉਹ ਬਹੁਤ ਜ਼ਿਆਦਾ ਯੂਜ਼ ਨਹੀਂ ਕਰਨਾ ਚਾਹੀਦਾ ਇੱਕ ਚਮਚ ਡੇਢ ਚਮਚ ਤੋਂ ਜ਼ਿਆਦਾ ਇੱਕ ਟਾਈਮ 'ਤੇ ਯੂਜ਼ ਨਹੀਂ ਕਰਨਾ ਚਾਹੀਦਾ ਇੱਕ ਸਬਜ਼ੀ ਜਾਂ ਦਾਲ ਦੇ ਵਿੱਚ ਪਰ ਆਪਣੇ ਤਾਂ ਇੱਕ ਡੇਢ ਚਮਚ ਤਾਂ ਸਬਜ਼ੀ ਨਹੀਂ ਬਣਦੀ ਅਤੇ ਤਾਂ ਹੀ ਤਾਂ ਰੀਜ਼ਨ ਇਹੀ ਹੈ ਇਹੀ ਰੀਜ਼ਨ ਹੈ ਅਤੇ ਸਾਡੇ ਤੁਸੀਂ ਦੇਖ ਲਓ ਇੱਥੇ ਬ੍ਰਹਮਾ ਕੁਮਾਰੀ ਦੇ ਵਿੱਚ ਕਿੰਨਾ ਯੂਜ਼ ਹੁੰਦਾ ਬਹੁਤ ਘੱਟ ਆਇਲ ਯੂਜ਼ ਹੁੰਦਾ ਲੇਕਿਨ ਕਿੰਨਾ ਖਾਣਾ ਟੇਸਟੀ ਬਣਦਾ ਬਹੁਤ ਸਵਾਦ ਬਣਦਾ ਔਰ ਕਈ ਚੀਜ਼ਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਵੇਂ ਹੁਣ ਆਟਾ ਜਿਵੇਂ ਕਣਕ ਦੇ ਵਿੱਚ ਪ੍ਰੋਪਰ ਸਾਫ਼ ਕਰਕੇ ਧੋ ਕੇ ਬਣਾਉਣਾ ਚਾਹੀਦਾ ਕਿਉਂਕਿ ਉਹਦੇ 'ਚ ਕੈਮੀਕਲਸ ਪਾਏ ਹੁੰਦੇ ਆ ਜਦੋਂ ਉਹਨਾਂ ਨੂੰ ਪ੍ਰਜ਼ਰਵ ਕਰਦੇ ਆ ਉਹਦੇ 'ਚ ਬਹੁਤ ਕੀੜੇ ਮਾਰ ਦਵਾਈਆਂ ਪਈਆਂ ਹੁੰਦੀਆਂ ਉਹਨਾਂ ਦਾ ਅਸਰ ਉਸ ਕਣਕ ਦੇ ਵਿੱਚ ਹੁੰਦਾ ਉਹਨੂੰ ਧੋ ਕੇ ਸਾਫ਼ ਕਰਕੇ ਬਕਾਇਦਾ ਉਹਦੇ ਵਿੱਚ ਕਾਲੇ ਚਨੇ ਪਾ ਕੇ ਉਹਦੇ 'ਚ ਸੋਇਆ ਪਾ ਕੇ ਜਿਵੇਂ 10 ਕਿਲੋ ਕਣਕ ਲਈ ਉਹਦੇ 'ਚ 1 ਕਿਲੋ ਕਾਲਾ ਚਨਾ 1 ਕਿਲੋ ਸੋਇਆਬੀਨ ਪਾ ਕੇ 1/2 ਕਿਲੋ ਜੌਂ ਪਾ ਕੇ ਉਹਨੂੰ ਪਿਸਵਾਇਆ ਜਾਏ ਥੋੜ੍ਹਾ ਜਿਹਾ ਕੋਰਸ ਕਰ ਲਓ ਮਤਲਬ ਆਟੇ ਹਾਂ ਉਹਨੇ ਕਣਕ ਨੂੰ ਮਿਕਸ ਕਰਕੇ ਉਹਦੇ 'ਚ ਉਹਨੂੰ ਪਿਸਾਇਆ ਜਾਏ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਅਗਰ ਕਰ ਸਕੋ ਅਗਰ ਟਾਈਮ ਹੈ ਤੇ ਅਗਰ ਆਪ ਪਿਸਵਾਓ ਆ 4 ਚੀਜ਼ਾਂ ਪਾ ਕੇ ਪਿਸਵਾਓ ਤੇ ਉਹ ਬਹੁਤ ਹੀ ਅੱਛਾ ਹੈਲਦੀ ਆਟਾ ਬਣ ਜਾਏਗਾ ਤੁਹਾਡਾ ਔਰ ਉਹ ਬਹੁਤ ਹੀ ਅੱਛਾ ਰਹੇਗਾ ਸੀਜ਼ਨ ਦੇ ਫਲ ਜ਼ਰੂਰ ਖਾਣੇ ਚਾਹੀਦੇ ਜਿਵੇਂ ਤੁਹਾਨੂੰ ਦੱਸਿਆ ਔਰ ਰਾਤ ਨੂੰ ਸੌਣ ਲੱਗਿਆਂ ਦੁੱਧ ਦਾ ਲਾਈਟ ਪੀਣਾ ਚਾਹੀਦਾ ਜਿਹੜਾ ਟੋਨਡ ਮਿਲਕ ਜਿਹਨੂੰ ਆਪਾਂ ਕਹਿੰਦੇ ਹਾਂ ਹਾਈ ਫੈਟ ਨਹੀਂ ਪੀਣਾ ਚਾਹੀਦਾ ਬੱਚਿਆਂ ਲਈ ਠੀਕ ਹੈ ਬੱਚੇ ਕਿਉਂਕਿ ਖੇਡਦੇ ਨੇ ਕੁੱਦਦੇ ਨੇ ਅਤੇ ਉਹਨਾਂ ਦਾ ਪਚ ਵੀ ਜਾਂਦਾ ਲੇਕਿਨ ਜਿਹੜੇ ਬਜ਼ੁਰਗ ਨੇ ਮੇਰੇ ਵਰਗੇ ਨੇ 50 ਸਾਲ ਤੋਂ ਉੱਤੇ ਨੇ ਉਹਨਾਂ ਨੂੰ ਹਮੇਸ਼ਾ ਟੋਨਡ ਮਿਲਕ ਹੀ ਲੈਣਾ ਚਾਹੀਦਾ ਔਰ ਉਹ ਜਿਹਨਾਂ ਨੂੰ ਸ਼ੂਗਰ ਨਹੀਂ ਹੈ ਉਹ 2 ਖਜੂਰ ਖਾ ਸਕਦੇ ਨੇ ਮਿੱਠਾ ਖਾਣ ਦੀ ਬਜਾਏ ਜਿਵੇਂ ਦੱਸਿਆ ਨਾ ਆਈਸਕ੍ਰੀਮ ਵਗੈਰਾ ਹੋਰ ਮਿੱਠਾ ਖਾਣ ਦੀ ਬਜਾਏ ਖਜੂਰ ਤਾਂ ਸਭ ਤੋਂ ਮਿੱਠੀ ਹੁੰਦੀ ਹੈ ਅਤੇ ਦੁੱਧ ਦੇ ਨਾਲ ਉਹ ਖਜੂਰ ਲੈ ਸਕਦੇ ਆ ਅਤੇ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਆਈਸਕ੍ਰੀਮ ਵਗੈਰਾ ਇਹ ਬੜੇ ਬਜ਼ੁਰਗ ਨਾ ਖਾਣ ਅਤੇ ਸਿਹਤ ਤੰਦਰੁਸਤ ਰਹੇਗੀ ਬਿਮਾਰੀਆਂ ਨਹੀਂ ਲੱਗਣਗੀਆਂ ਇਹਦੇ ਨਾਲ ਇੱਕ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜਿੱਦਾਂ ਜਿਨ੍ਹਾਂ ਨੂੰ ਬਿਮਾਰੀਆਂ ਹੈ ਆਲਰੇਡੀ ਜਿੱਦਾਂ ਡਾਇਬਟੀਜ਼ ਹੋ ਗਿਆ ਜਾਂ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਜਾਂ ਹਾਰਟ ਦੀ ਬਿਮਾਰੀ ਹੋ ਗਈ ਉਹ ਪਰਹੇਜ਼ ਤਾਂ ਕਰਦੇ ਹੀ ਨੇ ਪਰ ਉਹਦੇ ਨਾਲ ਨਾਲ ਫਿਰ ਵੀ ਉਹਨਾਂ ਦੀ ਬਿਮਾਰੀ ਠੀਕ ਨਹੀਂ ਹੋ ਰਹੀ ਹੈ ਮਤਲਬ ਬਹੁਤ ਸਾਰੀ ਚੀਜ਼ਾਂ ਜਿੱਦਾਂ ਹੁਣ ਮਿੱਠਾ ਨਹੀਂ ਖਾਣਾ ਲੇਕਿਨ ਉਹਦੇ 'ਚ ਫਿਰ ਉਹ ਸ਼ੂਗਰ ਫਰੀ ਐਡ ਕਰਕੇ ਖਾ ਲੈਂਦੇ ਹੈ ਉਹ ਕਿੱਥੋਂ ਤੱਕ ਸਹੀ ਹੈ ਫਿਰ ਮਤਲਬ ਉਹਦਾ ਸਬਸਟੀਟਿਊਟ ਢੁੰਡ ਕੇ ਫਿਰ ਉਹ ਦੇ ਆਰ ਯੂਜ਼ਿੰਗ ਉਹ ਵੀ ਬਿਲਕੁਲ ਗਲਤ ਹੈ ਜਿਹੜੀ ਸਾਨੂੰ ਸ਼ੂਗਰ ਹੁੰਦੀ ਹੈ ਡਾਇਬਟੀਜ਼ ਹੁੰਦੀ ਹੈ ਉਹ 65% ਸਾਨੂੰ ਟੈਨਸ਼ਨ ਨਾਲ ਹੁੰਦੀ ਹੈ ਹਾਂਜੀ ਸਿਰਫ 35% ਸਾਨੂੰ ਖਾਣ ਨਾਲ ਹੁੰਦੀ ਹੈ ਅੱਛਾ ਤੇ ਅਸੀਂ 35% ਖਾਣਾ ਕੰਟਰੋਲ ਕਰਨਾ ਤੇ 65% ਆਪਣੀ ਟੈਨਸ਼ਨ ਨੂੰ ਕੰਟਰੋਲ ਕਰਨਾ ਉਹ ਟੈਨਸ਼ਨ ਸਟ੍ਰੈਸ ਫਰੀ ਅਸੀਂ ਬੜੇ ਰਾਜਯੋਗ ਦੇ ਨਾਲ ਹੋ ਸਕਦੇ ਹਾਂ ਜਿਹੜਾ ਸਾਡਾ ਇਹ ਬ੍ਰਹਮਾ ਕੁਮਾਰੀ 7 ਡੇਜ਼ ਕੋਰਸ ਕਰਵਾਉਂਦੀਆਂ ਉਹ ਰਾਜਯੋਗ ਸਿੱਖਣ ਦੇ ਨਾਲ ਤੁਹਾਡੇ ਅੰਦਰ ਲਾਈਫ ਸਟਾਈਲ ਤੁਹਾਡਾ ਬਿਲਕੁਲ ਠੀਕ ਹੋ ਜਾਂਦਾ ਟੈਨਸ਼ਨ ਤੁਹਾਡੀ ਬਿਲਕੁਲ ਖਤਮ ਹੋ ਜਾਂਦੀ ਹੈ ਟੈਨਸ਼ਨ ਨੂੰ ਕਰਨਾ ਕੀ ਆਪਾਂ ਉਹਦੇ ਅੱਗੇ ਸਿਰਫ ਏ ਲਗਾਉਣਾ ਅਟੈਨਸ਼ਨ ਬਣਾ ਦੇਣਾ ਟੈਨਸ਼ਨ ਕੀ ਹੈ ਟੈਨਸ਼ਨ ਕੀ ਹੈ 10 ਸੰਸ ਉਹ ਰਾਵਣ ਦੇ 10 ਪੁੱਤਰ ਨੇ 10 ਸੰਸ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਸਾਡੇ ਅੰਦਰ ਕਮੀਆਂ ਕਮਜ਼ੋਰੀਆਂ ਹੈ ਜਿਵੇਂ 10-5 ਵਿਕਾਰ ਨੇ ਉਹਨਾਂ ਦੇ ਅੱਗੋਂ 2-2 ਬੱਚੇ ਨੇ ਉਹ 10 ਸੰਸ ਨੇ ਉਹੀ ਟੈਨਸ਼ਨ ਹੈ ਅਗਰ ਅਸੀਂ ਉਹਨਾਂ ਨੂੰ ਅਵਾਇਡ ਕਰਾਂਗੇ ਜਿਵੇਂ ਕ੍ਰੋਧ ਹੈ ਕ੍ਰੋਧ ਦੇ 2 ਬੱਚੇ ਨੇ ਦੂਸਰੋ ਮੇਂ ਦੋਸ਼ ਨਿਕਾਲਨਾ ਔਰ ਬਦਲਾ ਲੈਣੇ ਕੀ ਭਾਵਨਾ ਇਹ ਕ੍ਰੋਧ ਕੇ 2 ਬੱਚੇ ਹੈ ਕਾਮ ਵਿਕਾਰ ਲਈਏ ਉਹਦੇ ਵੀ 2 ਬੱਚੇ ਨੇ ਆਲਸ ਤੇ ਅਲਵੇਲਾਪਣ ਹਾਂਜੀ ਇਸੇ ਤਰ੍ਹਾਂ ਗਰੀਡ ਜਿਹਨੂੰ ਆਪਾਂ ਕਹਿੰਦੇ ਹਾਂ ਲੋਭ ਲੋਭ ਦੇ ਵੀ 2 ਬੱਚੇ ਨੇ ਲੋਭ ਦੇ ਬੱਚੇ ਨੇ ਸ਼ੰਕਾ ਔਰ ਅਨੁਮਾਨ ਅਸੀਂ ਸ਼ੱਕ ਕਰਦੇ ਹਾਂ ਬਹੁਤ ਅਨੁਮਾਨ ਲਗਾਉਂਦੇ ਰਹਿੰਦੇ ਹਾਂ ਤੇ ਇਸੇ ਤਰ੍ਹਾਂ ਅਸੀਂ ਮੋਹ ਦੇ ਬੱਚੇ ਨੇ ਚਿੰਤਾ ਔਰ ਭੈ ਬੱਚਾ ਲੇਟ ਆਇਆ ਪਤਾ ਨਹੀਂ ਕੀ ਹੋ ਗਿਆ ਕਿੱਥੇ ਚਲਾ ਗਿਆ ਕਿਤੇ ਕਿਡਨੈਪ ਨਾ ਹੋ ਗਿਆ ਹੋਵੇ ਕਿਤੇ ਐਕਸੀਡੈਂਟ ਨਾ ਹੋ ਗਿਆ ਹਮੇਸ਼ਾ ਨੈਗੇਟਿਵ ਸੋਚਦੇ ਹਾਂ ਸਾਨੂੰ ਸੋਚਣਾ ਪੋਜ਼ਿਟਿਵ ਚਾਹੀਦਾ ਤੇ ਇਹਨਾਂ ਚੀਜ਼ਾਂ ਦੇ ਬਾਰੇ ਅਗਰ ਅਸੀਂ ਪੋਜ਼ਿਟਿਵ ਸੋਚਾਂਗੇ ਬੱਚਾ ਇਹਨੂੰ ਹੋ ਸਕਦਾ ਅੱਜ ਕੋਈ ਪ੍ਰਾਈਜ਼ ਮਿਲਿਆ ਹੋਵੇ ਉਹ ਬੱਚਿਆਂ ਨਾਲ ਸੈਲੀਬ੍ਰੇਟ ਕਰ ਰਿਹਾ ਹੋਵੇ ਬੱਚੇ ਨੂੰ ਅੱਛੇ ਮਾਰਕਸ ਮਿਲੇ ਹੋਣ ਉਹ ਸੈਲੀਬ੍ਰੇਟ ਕਰਦੇ ਅਸੀਂ ਇੰਨਾ ਨਹੀਂ ਸੋਚਦੇ ਅਸੀਂ ਹਮੇਸ਼ਾ ਨੈਗੇਟਿਵ ਸੋਚਦੇ ਹਾਂ ਇਸ ਕਰਕੇ ਉਹ ਅਸੀਂ ਸਾਨੂੰ ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ ਇਸੇ ਤਰ੍ਹਾਂ ਇਹਦੇ ਜਿਹੜੇ ਅਹੰਕਾਰ ਹੈ 5ਵਾਂ ਵਿਕਾਰ ਉਹਦੇ ਵੀ 2 ਬੱਚੇ ਨੇ ਉਹ ਕਈ ਬੱਚੇ ਨੇ ਉਹਦੇ ਤਾਂ ਬਹੁਤ ਨੇ ਨਿੰਦਾ ਚੁਗਲੀ ਈਰਸ਼ਾ ਦਵੇਸ਼ ਔਰ ਆਲਸ ਸਭ ਤੋਂ ਵੱਡਾ ਵਿਕਾਰ
ਅੱਛਾ, ਆਲਸ ਵੀ ਬਹੁਤ ਵੱਡਾ ਵਿਕਾਰ ਹੈ ਤੁਸੀਂ ਕਹਿ ਰਹੇ ਹੋ। ਇਹਨੂੰ ਬੇਸਿਕਲੀ ਛੱਟ ਰਿਪੂ ਕਿਹਾ ਗਿਆ, ਛੱਟਾ ਵਿਕਾਰ। ਪੰਜ ਤੇ ਵੱਡੇ ਨੇ, ਛੱਟਾ ਇਹ ਵੀ ਨਾਲ ਹੈ। ਅੱਛਾ, ਤੋ ਇਹ ਔਰ ਫਿਰ ਟਾਈਪ ਏ ਪਰਸਨੈਲਿਟੀ, ਹਰ ਵੇਲੇ ਜਲਦੀ ਚ ਰਹਿਣਾ, ਹਰੀ ਵਰੀ ਕਰੀ, ਹਮੇਸ਼ਾ ਨੱਠ ਭੱਜ ਚ ਹੀ ਰਹਿਣਾ, ਕਦੇ ਸ਼ਾਂਤੀ ਨਾਲ ਕੰਮ ਨਹੀਂ ਕਰਨਾ, ਸ਼ਾਂਤੀ ਨਾਲ ਗੱਡੀ ਨਹੀਂ ਚਲਾਉਣੀ, ਲਾਈਟ ਰੈੱਡ ਆ ਗਈ ਤੇ ਇੱਕਦਮ ਗੁੱਸੇ ਹੋ ਜਾਣਾ, ਇਹ ਸਰਕਾਰ ਨੂੰ ਲਾਈਟਾਂ ਇੱਥੇ ਲਾਉਣੀਆਂ ਸੀ, ਜਾਂ ਲਾਈਟਾਂ ਤੇ ਕ੍ਰੋਧ ਕਰੀ ਜਾਣਾ, ਸਰਕਾਰ ਤੇ ਕ੍ਰੋਧ ਕਰੀ ਜਾਣਾ। ਉਸ ਵੇਲੇ ਇਹ ਨਹੀਂ ਸੋਚਣਾ ਕਿ ਮੈਂ 2 ਮਿੰਟ ਮੈਨੂੰ ਪਰਮਾਤਮਾ ਨੂੰ ਯਾਦ ਕਰਨ ਲਈ ਮਿਲਿਆ, ਪਰਮਾਤਮਾ ਤੂੰ ਕਿੰਨਾ ਗ੍ਰੇਟ ਹੈ, ਤੇ ਉਸ ਵੇਲੇ ਬਜਾਏ ਇਸ ਦੇ ਤੇ ਸਾਨੂੰ ਇਹਨਾਂ ਤੋਂ, ਇਹਨਾਂ ਟੈਨਸ਼ਨ ਤੋਂ ਬਚਣਾ ਚਾਹੀਦਾ। ਸਭ ਤੋਂ ਵੱਡੀ ਇਹ ਟੈਨਸ਼ਨ ਸਾਡੇ ਖਾਣੇ ਪੀਣੇ ਦੇ ਨਾਲ ਉਹਨੂੰ ਖਰਾਬ ਕਰਦੀ ਹੈ। ਸਾਡੇ ਟੈਨਸ਼ਨ ਨਾਲ ਹੀ ਸਾਨੂੰ ਖਾਣਾ ਪਚਦਾ ਨਹੀਂ, ਟੈਨਸ਼ਨ ਨਾਲ ਹੀ ਸਾਡੇ ਅੰਦਰ ਬਹੁਤ ਸਾਰੇ ਵਿਕਾਰ ਹੋਰ ਪੈਦਾ ਹੁੰਦੇ ਆ। ਤੁਹਾਨੂੰ ਦੱਸਿਆ ਇਹ ਜਿਹੜੇ ਬੱਚੇ ਨੇ ਇਹ ਬਾਪ ਨੂੰ ਪੈਦਾ ਕਰ ਦਿੰਦੇ ਨੇ, ਤੇ ਬਾਪ ਤੇ ਬੱਚਿਆਂ ਨੂੰ ਪੈਦਾ ਕਰਦੇ ਹੀ ਹੈ, ਲੇਕਿਨ ਇਹ ਜਿਹੜੇ ਬੱਚੇ ਐਸੇ ਨੇ ਜੋ ਬਾਪ ਨੂੰ ਪੈਦਾ ਕਰਦੇ ਨੇ, ਫਿਰ ਉਹ ਵੱਡੀ ਬਿਮਾਰੀ ਦਾ ਵੀ ਰੂਪ ਲੈ ਲੈਂਦੇ, ਉਹ ਵੱਡੀ ਬਿਮਾਰੀ ਦਾ ਰੂਪ ਲੈ ਲੈਂਦੇ, ਜਿਹੜੀ ਕਿ ਜਿਹਨੂੰ ਫਿਰ ਆਪਾਂ ਇਨਕਿਉਰੇਬਲ ਕਹਿ ਦਿੰਦੇ ਹਾਂ। ਇਨਕਿਉਰੇਬਲ ਕੋਈ ਵੀ ਚੀਜ਼ ਨਹੀਂ। ਇਹਦਾ ਜਿਵੇਂ ਤੁਹਾਨੂੰ ਰਾਮਬਾਨ ਪੁੱਛਾਂ ਕਿ ਹੁਣ ਮੈਨੂੰ ਇੱਕ ਇਹੋ ਜਿਹਾ ਰਾਮਬਾਨ ਦੱਸੋ ਕਿ ਸਾਡੀ ਟੈਨਸ਼ਨ ਵੀ ਦੂਰ ਹੋਵੇ, ਸਾਡਾ ਖਾਣ ਪਾਣ ਵੀ ਅੱਛਾ ਬਣਿਆ ਰਹੇ, ਉਹਦੇ ਨਾਲ ਤੰਦਰੁਸਤੀ ਵੀ, ਮਨ ਦੀ ਤੰਦਰੁਸਤੀ, ਤਨ ਦੀ ਤੰਦਰੁਸਤੀ, ਔਰ ਸਾਡਾ ਜੀਵਨ 'ਚ ਹੋਰ ਖੁਸ਼ੀਆਂ ਵੱਧ ਜਾਣ। ਇਹਦਾ ਰਾਮਬਾਨ ਬਹੁਤ ਵਧੀਆ ਸਹਿਜ ਰਾਜਯੋਗ, ਸਿਰਫ ਆਪਣੇ ਆਪ ਨੂੰ ਜਾਣਨਾ, ਉਸ ਪਰਮਾਤਮਾ ਨੂੰ ਜਾਣਨਾ, ਪਰਮਾਤਮਾ ਕੌਣ ਹੈ, ਮੈਂ ਕੌਣ ਹੈ, ਪਰਮਾਤਮਾ ਕੌਣ ਹੈ, ਦੋਨਾਂ ਦਾ ਕਨੈਕਸ਼ਨ ਜਿਹਨੂੰ ਆਪਾਂ ਰਾਜਯੋਗ ਕਹਿੰਦੇ ਹਾਂ। ਇਸ ਰਾਜਯੋਗ ਦੇ ਨਾਲ ਸਾਡੇ ਅੰਦਰ ਇੰਨੀ ਸ਼ਕਤੀ ਆ ਜਾਂਦੀ ਹੈ, ਇੰਨੀ ਪਾਵਰ ਆ ਜਾਂਦੀ ਹੈ ਕਿ ਅਸੀਂ ਹਰ ਬਿਮਾਰੀ ਨਾਲ ਲੜ ਸਕਦੇ ਹਾਂ, ਲੜਨ ਦੀ ਲੋੜ ਹੀ ਨਹੀਂ, ਬਿਮਾਰੀ ਆਟੋਮੈਟਿਕ ਭੱਜ ਜਾਂਦੀ ਹੈ। ਕਹਿੰਦੇ ਨੇ ਨਾ ਰਾਜਯੋਗ ਭਗਾਏ ਰੋਗ, ਸੋ ਰੋਗ ਸਾਰੇ ਆਪਣੇ ਆਪ ਭੱਜ ਜਾਂਦੇ ਆ, ਕੋਈ ਰੋਗ ਰਹਿੰਦਾ ਹੀ ਨਹੀਂ। ਬਹੁਤ ਹੀ, ਅੱਜ ਦੀ ਪੂਰੀ ਚਰਚਾ ਬਹੁਤ ਹੀ ਸੋਹਣੀ ਰਹੀ, ਔਰ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਸਾਨੂੰ ਇੱਕ ਇਹੋ ਜਿਹਾ ਰਾਮਬਾਨ ਦਿੱਤਾ ਹੈ ਜਿਹਦੇ ਨਾਲ ਅਸੀਂ ਜੀਵਨ 'ਚ ਹੋਰ ਖੁਸ਼ੀਆਂ ਵਧਾ ਸਕਦੇ ਹਾਂ। ਅੱਜ ਦੀ ਪੂਰੀ ਚਰਚਾ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਅੱਜ ਦੀ ਪੂਰੀ ਚਰਚਾ ਬਹੁਤ ਹੀ ਸੋਹਣੀ ਰਹੀ, ਮੈਨੂੰ ਲੱਗਦਾ ਹੈ ਤੁਸੀਂ ਸਾਰਿਆਂ ਨੇ ਬਹੁਤ ਕੁਝ ਸਿੱਖਿਆ ਹੋਣਾ ਹੈ। ਇੱਕ ਛੋਟੀ ਛੋਟੀ ਚੀਜ਼ਾਂ ਆਪਣੀ ਜ਼ਿੰਦਗੀ 'ਚ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਨੁਮਾ ਔਰ ਸਿਹਤਮੰਦ ਬਣਾ ਸਕਦੇ ਹੋ। ਅਸੀਂ ਰੋਟੀ ਬਣਾਉਂਦੇ ਵਕਤ ਜਾਂ ਖਾਂਦੇ ਵਕਤ ਇਹ ਛੋਟੀ ਛੋਟੀ ਚੀਜ਼ਾਂ ਨੂੰ ਅਪਣਾਵਾਂਗੇ ਤਾਂ ਬਹੁਤ ਵੱਡੇ ਵੱਡੇ ਬਦਲਾਵ ਆਪਣੀ ਜ਼ਿੰਦਗੀ 'ਚ ਲਿਆ ਸਕਦੇ ਹਾਂ। ਮਿਲਾਂਗੇ ਅਗਲੀ ਕੜੀ 'ਚ, ਤਬ ਤੱਕ ਦਿਲੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994387, ਈਮੇਲ punjabi.gws@gmail.com। ਸੱਚੇ ਦਿਲ ਤੇ ਸਾਹਿਬ ਰਾਜੀ ਹੁੰਦੇ ਨੇ, ਨਈਆ ਜਗ ਦੀ ਉਹੀ ਪਾਰ ਲਗਾਉਂਦੇ ਨੇ।